ਇੱਕ ਕਿਸ਼ਤੀ ਦੇ ਵਿੱਚੋਂ 3000 ਕਿਲੋ ਡਰੱਗ ਮਿਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵਿੱਚ ਵੀ ਹੜਕੰਪ ਮੱਚ ਗਿਆ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਹੇ ਹਾਂ, ਇੱਕ ਕਿਸ਼ਤੀ ਦੇ ਵਿੱਚੋਂ 3000 ਕਿਲੋ ਡਰੱਗ ਬਰਾਮਦ ਕੀਤੀ ਗਈ ਹੈ ਅਤੇ ਕਿਸ਼ਤੀ ਦੇ 4 ਕਰੂ ਮੈਂਬਰਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਤਾਂ ਦੱਸ ਦਈਏ ਕਿ ਜੋ ਜ਼ਬਤ ਕੀਤੀ ਗਈ ਡਰੱਗ ਹੈ ਉਸਦੀ ਮਾਰਕੀਟ ਦੇ ਵਿੱਚ ਕੀਮਤ ਦੱਸੀ ਜਾ ਰਹੀ ਹੈ ਕਿ ਕਰੋੜਾਂ ਰੁਪਏ ਹੈ। ਤਾਂ ਉੱਥੇ ਹੀ ਪੁਲਿਸ ਦੇ ਹੱਥੋਂ ਇੱਕ ਵੱਡੀ ਕਾਮਯਾਬੀ ਲੱਗੀ, ਜਿਸਨੇ ਕਿ 3000 ਕਿਲੋ ਡਰੱਗ ਨੂੰ ਬਰਾਮਦ ਕੀਤਾ। ਤਾਂ ਵੱਡੀ ਕਾਮਯਾਬੀ ਜੋ ਹੈ ਉਹ ਲੱਗੀ ਹੈ। ਪੁਲਿਸ ਦੇ ਹੱਥ ਦੱਸ ਦਈਏ ਕਿ ਪੋਰਬੰਦਰ ਬੰਦਰਗਾਹ ਤੋਂ ਇਹ ਭਾਰੀ ਮਾਤਰਾ ਦੇ ਵਿੱਚ ਡਰੱਗ ਨੂੰ ਫੜਿਆ ਗਿਆ। ਇੱਕ ਕਿਸ਼ਤੀ ਦੇ ਵਿੱਚ ਉਹਦੀ 3000 ਕਿਲੋ ਡਰੱਗ ਬਰਾਮਦ ਕੀਤੀ ਗਈ ਹੈ ਅਤੇ ਇਸਦੇ 4 ਕਰੂ ਮੈਂਬਰਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਗੁਜਰਾਤ ATS ਅਤੇ ਕੋਸਟ ਗਾਰਡ ਦੇ ਵੱਲੋਂ ਇਹ ਸਾਂਝਾ ਓਪਰੇਸ਼ਨ ਚਲਾਇਆ ਗਿਆ ਸੀ। ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਇਹ ਡਰੱਗ ਜੋ ਹੈ ਉਹ ਸਮੁੰਦਰੀ ਮਾਰਗ ਦੇ ਰਾਹੀਂ ਇਸ ਬੰਦਰਗਾਹ ਦੇ ਉੱਤੇ ਲਿਆਂਦੀ ਗਈ ਹੈ। ਹਾਲਾਂਕਿ ਕਿਸ ਦੇ ਵੱਲੋਂ ਮੰਗਵਾਈ ਗਈ ਹੈ, ਇਸ ਦੀ ਜਾਂਚ ਜੋ ਹੈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਗੁਜਰਾਤ ATS ਅਤੇ ਕੋਸਟ ਗਾਰਡ ਦੇ ਵੱਲੋਂ ਇਹ ਮਿਲ ਕੇ ਸਾਂਝਾ ਓਪਰੇਸ਼ਨ ਚਲਾਇਆ ਗਿਆ ਸੀ। ਗੁਜਰਾਤ ਪੁਲਿਸ ਦੇ ਹੱਥ ਜੋ ਹੈ ਇੱਕ ਇਨਫੋਰਮੇਸ਼ਨ ਲੱਗੀ ਸੀ, ਜਿਸ ਦੇ ਉੱਤੇ ਕਾਰਵਾਈ ਕਰਦੇ ਹੋਏ ਗੁਜਰਾਤ ATS ਅਤੇ ਕੋਸਟ ਗਾਰਡ ਨੇ 3000 ਕਿਲੋ ਡਰੱਗ ਬਰਾਮਦ ਕੀਤੀ ਗਈ ਹੈ। ਹਾਲਾਂਕਿ ਜੇਕਰ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਵੀ ਇੱਕ ਭਾਰੀ ਮਾਤਰਾ ਦੇ ਵਿੱਚ ਖੇਪ ਜੋ ਹੈ ਡਰੱਗ ਦੀ ਉਹ ਗੁਜਰਾਤ ਤੋਂ ਹੀ ਬਰਾਮਦ ਕੀਤੀ ਗਈ ਸੀ ਅਤੇ ਹੁਣ ਇੱਕ ਵਾਰ ਫਿਰ ਤੋਂ 3000 ਕਿਲੋ ਡਰੱਗ ਜੋ ਹੈ ਇੱਕ ਕਿਸ਼ਤੀ ਦੇ ਵਿੱਚੋਂ ਗੁਜਰਾਤ ATS ਦੀ ਕੋਸਟ ਗਾਰਡ ਨੇ ਸਾਂਝੇ ਓਪਰੇਸ਼ਨ ਦੇ ਦੌਰਾਨ ਜ਼ਬਤ ਕੀਤੀ ਹੈ।